ਅੱਜ ਮੈਂ ਇੰਸਟਾਗ੍ਰਾਮ 'ਤੇ ਫੋਟੋ ਦੇਖ ਰਿਹਾ ਸੀ, ਉਹਨਾਂ ਨੇ ਪਾਪੂਲੇਸ਼ਨ ਨੂੰ ਦੋ ਕੈਟੇਗਰੀਜ਼ 'ਚ ਡਿਵਾਈਡ ਕੀਤਾ ਸੀ। ਵਨ ਵਾਸ ਦਾ 98% ਐਂਡ ਦਾ ਅਦਰ ਵਾਸ 2% ਮਾਇੰਡਸੈਟ। 98% ਮਾਇੰਡਸੈਟ ਬੀਇੰਗ ਦੇ ਵਾਂਟ ਟੂ ਲੁੱਕ ਲਾਈਕ ਐਵਰੀਬਡੀ ਐਲਸ, ਉਹਨਾਂ ਨੂੰ ਸੇਫ ਪਲੇ ਕਰਨਾ ਪਸੰਦ ਆ, ਉਹਨਾਂ ਨੂੰ ਕੰਫਰਟ ਮੋਡ 'ਚ ਰਹਿਣਾ ਪਸੰਦ ਆ, ਉਹਨਾਂ ਨੂੰ ਸਰਵਾਈਵਲ ਮੋਡ 'ਚ ਰਹਿਣਾ ਪਸੰਦ ਆ, ਦੇ ਜਸਟ ਵਾਂਟ ਟੂ ਸੈਟਲ ਫੋਰ ਲੈਸ। ਐਂਡ ਦ 2% ਮਾਇੰਡਸੈਟ ਬੀਇੰਗ ਕਿ ਉਹਨਾਂ ਨੂੰ ਆਪਣੀਆਂ ਡਰੀਮਸ ਫੋਲੋ ਕਰਨਾ ਪਸੰਦ ਆ, ਉਹਨਾਂ ਨੂੰ ਸਕਸੈਸ ਅਤੇ ਹੈਪੀਨੈਸ ਦੀ ਡੈਫੀਨੇਸ਼ਨ ਨੂੰ ਰੀਡਿਫਾਈਨ ਕਰਨਾ ਪਸੰਦ ਆ, ਉਹਨਾਂ ਨੂੰ ਨਵੀਆਂ ਚੀਜ਼ਾਂ ਐਕਸਪਲੋਰ ਕਰਨਾ ਪਸੰਦ ਆ, ਉਹਨਾਂ ਨੂੰ ਅਨਨੋਨ ਥਿੰਗਸ ਨੂੰ ਫੇਸ ਕਰਨਾ ਪਸੰਦ ਆ, ਆਪਣੇ ਫੇਅਰਸ ਨੂੰ ਫੇਸ ਕਰਨਾ ਪਸੰਦ ਆ। ਦ ਰੀਜ਼ਨ ਆਈ ਐਮ ਡਿਸਕਸਿੰਗ ਦ 2% ਐਂਡ ਦ 98% ਮਾਇੰਡਸੈਟ ਟੂਡੇ ਇਸ ਕਿ ਦੋਵਾਂ 'ਚ ਕੋਈ ਚੰਗਾ ਮਾੜਾ ਨਹੀਂ ਹੈਗਾ, ਤੁਹਾਡੀ ਜਿੱਥੇ ਖੁਸ਼ੀ ਆ ਉਹ ਤੁਹਾਡੇ ਲਈ ਬੈਟਰ ਆ। ਐਂਡ ਅੱਜ ਹੀ ਮੇਰੇ ਨਾਲ ਐਕਚੁਅਲੀ ਇੱਕ ਇੰਸੀਡੈਂਟ ਹੋਇਆ, ਮੇਰੇ ਮੰਮੀ ਦਾ ਫੋਨ ਆਇਆ ਸੀ ਐਂਡ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਵੀ ਟਰੱਕ ਚਲਾ ਲਾ, ਟਰਾਲਾ ਪਾ ਲਾ, ਅੱਜ ਪੈਸੇ ਕਮਾਏਗਾ, ਕੱਲ੍ਹ ਨੂੰ ਇੱਕ ਹੋਰ ਲਏਗਾ, ਫਿਰ ਕੰਪਨੀ ਖੜੀ ਕਰ ਲਏਗਾ। ਐਂਡ ਮੈਂ ਉਹਨਾਂ ਨੂੰ ਪੁੱਛਿਆ ਵਾਏ, ਐਂਡ ਦੇ ਰੂਟ ਕੋਜ਼ ਇਹੋ ਆ ਕਿ ਤੇਰੇ ਕੋਲ ਪੈਸਾ ਆਜੂਗਾ ਐਂਡ ਪੈਸਾ ਇਜ਼ ਦਾ ਸਲਿਊਸ਼ਨ ਟੂ ਐਵਰੀਥਿੰਗ। ਦ ਥਿੰਗ ਇਜ਼ ਕਿ 2% ਮਾਇੰਡਸੈਟ ਮੈਨਿਓਰਿਟੀ ਦਾ ਵਾ, ਐਂਡ ਮਾਇਨਿਓਰਿਟੀ ਨੂੰ ਮੈਜੋਰਿਟੀ ਨਾਲ ਲੜਨਾ ਕਾਫੀ ਔਖਾ ਹੋ ਜਾਂਦਾ ਵਾ। ਜੇ ਤੁਹਾਡਾ ਵੀ 2% ਵਾਲਾ ਮਾਇੰਡਸੈਟ ਹੈਗਾ ਵਾ, ਮੈਂ ਕਹਿਣਾ ਇਹ ਚਾਹੁੰਦਾ ਵਾਂ ਕਿ ਤੁਹਾਨੂੰ 98% ਮਾਇੰਡਸੈਟ ਨਾਲ ਲੜਨਾ ਪਊਗਾ ਰੋਜ਼। ਐਂਡ ਉਹ ਸਿਰਫ ਬਾਹਰਲੀ ਦੁਨੀਆ ਨਾਲ ਨਹੀਂ, ਸਿਸਟਮ ਨਾਲ ਨਹੀਂ, ਤੁਹਾਡੇ ਆਪਣੇ ਘਰ ਵੀ ਲੜਨਾ ਪਊਗਾ। ਮੈਨੂੰ ਆਪਣੇ ਮੰਮੀ ਨਾਲ ਵੀ ਲੜਨਾ ਪਿਆ, ਲੜਨਾ ਨੋਟ ਇਨ ਅ ਵਰਬਲ ਆਰਗੂਮੈਂਟੇਟਿਵ ਸੈਂਸ, ਲੜਨਾ ਇਨ ਦਾ ਸੈਂਸ ਟੂ ਸਟੈਂਡ ਅਪ ਫੋਰ ਮਾਈ ਮਾਇੰਡਸੈਟ। ਜੋ ਗੱਲਾਂ ਮੇਰੇ ਮੰਮੀ ਨੇ ਮੈਨੂੰ ਕਹੀਆਂ ਕਿ ਤੂੰ ਟਰੱਕ ਚਲਾ ਲਾ, ਟਰਾਲਾ ਪਾ ਲਾ, ਜੇ ਉਹ ਕੋਈ ਮੇਰਾ ਦੋਸਤ ਕਹਿੰਦਾ ਮੈਨੂੰ, ਆਈ ਵਿਲ ਸਟੈਂਡ ਅਪ ਦ ਸੇਮ ਵੇ ਟੂ ਹਿਮ ਟੂ, ਰਾਈਟ। ਸੋ ਉਹ ਸਿਸਟਮ ਇੰਨਾ ਰਸ ਚੁੱਕਿਆ ਵਾ ਸਾਡੀ ਦੁਨੀਆ 'ਚ, ਸਾਡੇ ਘਰ ਵਾਲਿਆਂ 'ਚ ਵੀ ਸਾਨੂੰ ਲੜਨਾ ਪੈਂਦਾ ਵਾ। ਐਂਡ ਜਸਟ ਬਿਕੋਜ਼ ਸਾਡੇ ਘਰ ਵਾਲੇ ਵੱਡੇ ਆ, ਦੇ ਹੈਵ ਮੋਰ ਐਕਸਪੀਰੀਅੰਸ, ਸਾਡੇ ਕਲਚਰ 'ਚ ਐਲਡਰਸ ਨੂੰ ਰਿਸਪੈਕਟ ਦਿੱਤੀ ਜਾਂਦੀ, ਇਹਦਾ ਮਤਲਬ ਇਹ ਨਹੀਂ ਆ ਕਿ ਵੀ ਵਿਲ ਜਸਟ ਗਿਵ ਇਨ ਐਂਡ ਸੇ ਕਿ ਸਾਡੇ ਮਾਂ ਪਿਓ ਸਹੀ ਹੋਣੇ ਆ। ਸਾਡੇ ਮਾਂ ਪਿਓ ਸਾਡਾ ਬੈਸਟ ਚਾਹੁੰਦੇ ਆ, ਬਟ ਸਾਡੇ ਬੈਸਟ ਬਾਰੇ ਸਾਡੇ ਤੋਂ ਬੈਟਰ ਕਿਸੇ ਨੂੰ ਨਹੀਂ ਪਤਾ ਹੁੰਦਾ। ਐਂਡ ਇਹ ਕੰਪੈਰੀਜ਼ਨ ਜਿਹੜਾ ਕਰਦੇ ਨਾ ਆਪਾਂ ਕਿ ਜੇ ਲੈਟਸ ਏ ਮੈਂ 2% ਮਾਇੰਡਸੈਟ 'ਚ ਹੋਣਾ ਚਾਹੁੰਦਾ, ਡਜ਼ਨਟ ਮੀਨ ਮੇਰੀ ਲਾਈਫ ਬੈਟਰ ਹੋ ਜੂਗੀ, ਮੈਨੂੰ ਜ਼ਿਆਦਾ ਸਕਸੈਸ ਮਿਲ ਜੂਗੀ, ਮੇਰੇ ਕੋਲ ਪੈਸਾ ਜ਼ਿਆਦਾ ਆ ਜੂਗਾ। ਦ ਥਿੰਗ ਇਜ਼, ਅੱਜ ਤੋਂ 20 ਸਾਲਾਂ ਨੂੰ ਆਈ ਡੋਂਟ ਵਾਂਟ ਟੂ ਰਿਗਰੈਟ ਕਿ ਮੈਂ 100% ਨਹੀਂ ਦਿੱਤਾ ਆਪਣੇ ਅੰਦਰ ਜਿਹੜਾ ਮੇਰਾ ਦ 2% ਮਾਇੰਡਸੈਟ ਵਾਲੇ ਮੇਰੇ 'ਚ ਕੁਆਲਿਟੀ ਸੀ। ਡਜ਼ਨਟ ਮੈਟਰ, ਮੇ ਬੀ ਮੈਂ ਵੀ ਯੂ ਨੋ ਸਿਸਟਮ 'ਚ ਗਿਵ ਇਨ ਕਰਦਾ, ਬਟ ਆਈ ਵਿਲ ਨੋਟ ਰਿਗਰੈਟ ਕਿ ਮੈਂ ਟਰਾਈ ਨਹੀਂ ਕੀਤੀ। ਐਂਡ ਮੇ ਬੀ ਟਰਾਈ ਕਰਕੇ ਵੀ, ਮੇ ਬੀ ਜਿਹੜੇ 98% ਮਾਇੰਡਸੈਟ ਵਾਲੇ ਉਹਨਾਂ ਕੋਲ ਪੈਸਾ ਜ਼ਿਆਦਾ ਹੋਊ, ਕੁਆਲਿਟੀ ਆਫ ਲਾਈਫ ਹੋਊ ਬੈਟਰ, ਬਟ ਕੰਪੈਰੀਜ਼ਨ ਸਾਨੂੰ ਉਹਨਾਂ ਨਾਲ ਨਹੀਂ ਕਰਨਾ, ਕੰਪੈਰੀਜ਼ਨ ਸਾਨੂੰ ਆਪਣੀ ਲਾਈਫ ਨਾਲ ਕਰਨਾ ਚਾਹੀਦਾ। ਸਾਡੀ ਪਹਿਲੀ ਲਾਈਫ ਕਿਹੋ ਜਿਹੀ ਸੀ ਪਾਸਟ ਵਿੱਚ ਐਂਡ ਅੱਜ ਅਸੀਂ ਕਿੱਥੇ ਹਾਂ। ਕੰਪੈਰੀਜ਼ਨ ਸ਼ੁੱਡ ਨੈਵਰ ਬੀ ਬਿਟਵੀਨ ਟੂ ਡਿਫਰੈਂਟ ਲਾਈਫਸ, ਕੰਪੈਰੀਜ਼ਨ ਸ਼ੁੱਡ ਬੀ ਬਿਟਵੀਨ ਯੋਰ ਪਾਸਟ ਲਾਈਫ ਐਂਡ ਯੋਰ ਟੂਡੇਜ਼ ਲਾਈਫ, ਐਂਡ ਜਦੋਂ ਤੁਸੀਂ ਫਿਊਚਰ 'ਚ ਚੱਲ ਜਾਓਗੇ ਤਾਂ ਅੱਜ ਪਾਸਟ ਹੋ ਜਾਓ। ਸੋ ਦ ਟੇਕ ਅਵੇ ਇਸ, ਜੇ ਤੁਹਾਨੂੰ ਲੱਗਦਾ ਨਾ ਕਿ ਬੜਾ ਔਖਾ ਵਾ ਯਾਰ, ਸਾਰੇ ਹੀ ਪੈਸਾ ਕਮਾ ਰਹੇ ਨੇ, ਯੈਸ ਔਖਾ ਹੋਣਾ ਵਾ, ਤੁਹਾਨੂੰ ਰੋਜ਼ ਲੜਨਾ ਪਊਗਾ, ਤੁਹਾਨੂੰ ਘਰਦਿਆਂ ਨਾਲ ਵੀ ਲੜਨਾ ਪਊਗਾ ਇਸ ਮਾਇੰਡਸੈਟ ਨੂੰ ਸਿਕਿਓਰ ਰੱਖਣ ਲਈ। ਸੋ ਲੜਦੇ ਰਹੋ।